ਅੰਮ੍ਰਿਤਸਰ ਦੀ ਪੁਲਿਸ ਵੱਲੋਂ ਗੈਂਗਸਟਰ ਰਾਹੁਲ ਰੋਲਾ ਅਤੇ ਉਹਦੇ 6 ਸਾਥੀਆਂ ਨੂੰ 3 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਦੇ ਉੱਤੇ ਕਈ ਮਾਮਲੇ ਦਰਜ ਨੇ। ਤੁਹਾਨੂੰ ਦੱਸ ਦਿਆਂ ਕਿ ਇਹ ਰਾਹੁਲ ਰੋਲਾ ਅਤੇ ਗੋਰਾ ਪਾਊ, ਜਿਹੜਾ ਕਿ ਗੋਲਡੀ ਬਰਾੜ ਦਾ ਜੀਜਾ ਦੱਸਿਆ ਜਾਂਦਾ, ਇਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸਨ। ਇਹਨਾਂ ਦੋਨਾਂ ਦਾ ਉੱਥੇ ਆਪਸ ਦੇ ਵਿੱਚ ਝਗੜਾ ਹੋ ਗਿਆ ਸੀ, ਇਸ ਕਰਕੇ ਇਸ ਨੂੰ ਲੱਗਦਾ ਸੀ ਕਿ ਹੁਣ ਜਦੋਂ ਉਹ ਜੇਲ੍ਹ 'ਚੋਂ ਬਾਹਰ ਆ ਗਿਆ ਰਾਹੁਲ ਰੋਲਾ, ਅਤੇ ਇਸ ਦੇ ਉੱਤੇ ਗੋਲਡੀ ਬਰਾੜ ਦੇ ਕੁਛ ਗੁਰਗੇ ਹਮਲਾ ਕਰ ਸਕਦੇ ਨੇ। 24 ਮਈ 'ਚੋਂ ਇਹ ਸੰਗਰੂਰ ਜੇਲ੍ਹ 'ਚੋਂ ਬਾਹਰ ਆਇਆ ਅਤੇ 8 ਸਾਲ ਇਹ ਨਿਆਇਕ ਹਿਰਾਸਤ ਦੇ ਵਿੱਚ ਰਿਹਾ। ਲੰਬੇ ਸਮੇਂ ਤੱਕ ਇਹ ਕ੍ਰਾਈਮ ਕਰਦਾ ਰਿਹਾ ਕਿ ਮੋਸਟ ਵਾਂਟਿਡ ਇਹ ਕ੍ਰਿਮੀਨਲ ਹੈਗਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਹ ਦਾਅਵਾ ਕੀਤਾ ਕਿ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਵੱਡੀ ਗੈਂਗਵਾਰ ਜਿਹੜੀ ਟਲ ਗਈ ਹੈ। ਆਓ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦਾ, ਉਹਨਾਂ ਦਾ ਇਸ ਬਾਰੇ ਕੀ ਕਹਿਣਾ। DCP ਸ਼੍ਰੀ ਹਰਪ੍ਰੀਤ ਮੰਢੇਰ ਜੀ, ADCP ਦਰਪਨ ਆਲੂਵਾਲੀਆ ਅਤੇ ਸ਼੍ਰੀ ਸੁਰਿੰਦਰ ਕੁਮਾਰ ਜੀ, ACP ਸੈਂਟਰਲ, ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਹ ਦਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ, ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ, ਉਹਦਾ ਜਿਹੜਾ ਪਰਦਾਫਾਸ਼ ਕੀਤਾ, ਉਹਨੂੰ ਨਿਊਟਰਲਾਈਜ਼ ਕੀਤਾ। ਰਾਹੁਲ ਰੌਲਾ ਜਿਹੜਾ ਕਿ ਕਰੀਬ 12 ਮੁਕੱਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ, ਉਹਦਾ ਇੱਕ ਹੋਰ ਗੁਰਿੰਦਰ ਗੌਰਾ ਉਹਦੇ ਨਾਲ ਉੱਥੇ ਡਿਸਪਿਊਟ ਹੋਇਆ। ਇਹ ਜਿਹੜਾ ਗੁਰਿੰਦਰ ਗੌਰਾ ਸੀ, ਇਹ ਗੋਲਡੀ ਬਰਾੜ ਦਾ ਜੀਜਾ ਸੀ, ਇਹਨਾਂ ਦਾ ਆਪਸੀ ਡਿਸਪਿਊਟ ਹੋਇਆ। ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ, ਗੋਰਾ ਉਹ ਬੰਦਾ, ਉਹਦੀ ਬੈਕਗਰਾਊਂਡ ਦੱਸੀਏ, ਇਹ ਦਿੱਲੀ ਪੁਲਿਸ ਨੇ ਇੱਕ ਪਹਿਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ। ਇਹਦੇ ਖਿਲਾਫ਼ ਕਰੀਬ 16 ਪਰਚੇ ਨੇ ਹੀਨਸ ਕ੍ਰਾਈਮ ਦੇ, ਡਕੈਤੀ ਮਰਡਰਸ ਦੇ। ਉਸ ਕੇਸ ਦੇ ਵਿੱਚ ਇਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ। ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ। ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ, ਗੋਰੇ ਨੂੰ, ਉਹਦੇ ਜਾਨਲੇਵਾ ਹਮਲਾ ਕੀਤਾ, ਜਿਹਦੇ ਤਹਿਤ ਇਹਦੇ ਪਰਚਾ ਦਰਜ ਹੋਇਆ। ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ, ਸਟੇਟਮੈਂਟ ਦੇ ਆਧਾਰ 'ਤੇ ਜਿਹੜਾ ਪਰਚਾ ਦਰਜ ਹੋਇਆ ਸੀ, ਉਸ ਪਰਚੇ 'ਚ ਇਹ ਰਾਹੁਲ ਰੌਲਾ ਦੋਸ਼ੀ ਸੀ। ਜਦੋਂ ਇਹ 2024 ਹੁਣ ਜਮਾਨ ਤੋਂ ਬਾਹਰ ਆਇਆ, ਬਾਹਰ ਆ ਕੇ ਇਹਨੇ ਉਸ ਬੋਰੇ, ਉਸ ਤੋਂ ਗੌਰੀ ਤੋਂ ਡਰਦੇ ਹੋਏ, ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ, ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ, ਇਹਨੇ ਆਪਣੇ ਵੈਪਨ ਆ ਜਿਹੜੇ MP ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਥਾਪਿਤ ਕੀਤਾ, ਜਿਹਦੇ 6 ਹੋਰ ਮੈਂਬਰ ਸੀ। ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ ਵੱਖ ਕ੍ਰਿਮੀਨਲ ਕੇਸਾਂ 'ਚ ਇਨਵੋਲਵ ਸੀ। ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ, ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ। ਉਹ ਗੈਂਗ ਸਾਨੂੰ, ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ, ਜਿਹੜਾ ਕਿ ਹਾਲ ਗੇਟ ਦੇ ਨੇੜੇ ਆ, ਉੱਥੋਂ ਕਾਬੂ ਕਰਕੇ ਇਹਨਾਂ ਤੋਂ 3 ਵੈਪਨ ਰਿਕਵਰ ਕਰਾਏ ਨੇ ਅਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ। ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ, ਉਦੋਂ ਬਚਾਅ ਹੋਇਆ। ਇਹ ਜਿਹੜੇ 7 ਦੇ 7 ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਅਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ। ਇਹ ਰਾਹੁਲ ਰੌਲਾ ਗੈਂਗ ਆ ਜੀ, ਰਾਹੁਲ ਰੌਲਾ। ਇਹ ਤਾਂ ਡਕੈਤੀ ਦੇ ਅਤੇ ਹੋਰ ਹੀਨੀਅਸ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ, 12 ਪਰਚੇ ਦਰਜ ਨੇ।
ਜਿਨ੍ਹਾਂ ਦੇ ਵਿੱਚ ਮਰਡਰ ਵੀ ਆ, ਡਕੈਤੀ ਵੀ ਆ, ਸਨੈਚਿੰਗ ਵੀ ਆ, ਕਈ ਤਰ੍ਹਾਂ ਦੇ ਪਰਚੇ ਦਰਜ ਆ, ਹੀਨੀਅਸ ਕ੍ਰਾਈਮ ਦੇ ਨੇ ਸਾਰੇ। ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਹਾਲੇ ਬਾਹਰ ਆਇਆ ਸੀਗਾ। ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਅਤੇ ਉਹੀ ਕੰਮਾਂ ਮੁਤਾਬਕ ਇਹਨੇ ਕ੍ਰਾਈਮ ਕਰਨ ਦੀ ਯੋਜਨਾ ਬਣਾਈ ਸੀ। ਸਰ, ਤੁਸੀਂ ਕਹਿ ਰਹੇ ਕਿ ਗੈਂਗਵਾਰ ਹੋਣ ਦੀ ਸੰਭਾਵਨਾ ਸੀ, ਇਹਨਾਂ ਦੇ ਟਾਰਗੇਟ ਕੌਣ ਸੀ ਜਿਹਦੇ ਨਾਲ ਇਹਨਾਂ ਦਾ ਗੈਂਗਵਾਰ ਹੋ ਸਕਦਾ? ਇਹਨਾਂ ਦੇ ਟਾਰਗੇਟ ਗੋਲਡੀ ਬਰਾਡ ਜਿਹੜੇ ਗੈਂਗ ਦੇ ਆ, ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ, ਕਿਉਂਕਿ ਇਹਨਾਂ ਨੇ ਜੇਲ੍ਹ 'ਚ ਉਹਦੇ ਅਟੈਕ ਕੀਤਾ ਸੀ, ਹੁਣ ਇਹ ਬੇਲ ਆਊਟ ਹੋ ਕੇ ਆ ਗਿਆ ਸੀ। ਉਹਨਾਂ ਨੇ ਬਦਲਾ ਲੈ ਕੇ ਇਹਨਾਂ ਦੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਖਦਸ਼ਾ ਸੀਗਾ, ਪਲੱਸ ਇਹਨੇ ਆਪਣੇ ਜਿਹੜੇ ਹੋਰ ਕੁਛ ਕ੍ਰਾਈਮ ਆ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾ ਗਾ, ਉਸ ਤਰ੍ਹਾਂ ਦੇ ਕ੍ਰਾਈਮ ਨੂੰ ਅੰਜਾਮ ਦੇਣ ਦਾ ਖਦਸ਼ਾ ਸੀ। ਹੋਟਲ ਦੇ ਵਿੱਚ ਬੈਠੇ ਸੀ, ਹੋਟਲ 'ਚ ਬਹਿ ਕੇ ਇਹ ਆਪਣੀ ਪਲੈਨਿੰਗ ਕਰ ਰਹੇ ਸੀ। ਉਸ ਪਲੈਨਿੰਗ ਕਰਦਿਆਂ ਨੂੰ ਇਹਨਾਂ ਨੂੰ ਮੌਕੇ ਤੋਂ ਉੱਥੋਂ ਕਾਬੂ ਕਰਕੇ ਇਹਨਾਂ ਤੋਂ ਵੈਪਨ ਜਿਹੜੇ ਰਿਕਵਰ ਹੋਏ। ਇਹ ਤਾਂ ਪੁਰਾਣੇ ਹੈਗੇ ਨੇ ਜੀ, ਇਹਨਾਂ ਦੇ ਜਦੋਂ ਤੋਂ 12 ਪਰਚੇ ਦਰਜ ਆ, ਵੱਖ ਵੱਖ ਜੇਲ੍ਹਾਂ ਦੇ ਵਿੱਚ ਰਹੇ ਨੇ, ਉਦੋਂ ਤੋਂ ਇਹਦੇ ਪੁਰਾਣੇ ਆ। ਕੁਛ ਇਹ ਦੜਾ ਸੱਟਾ, ਗੈਂਬਲਿੰਗ ਜਾਂ ਹੋਰ ਛੋਟੇ ਲੈ ਕੇ ਤੋਂ ਮਰਡਰ ਦੇ ਡਕੈਤੀ ਤੱਕ ਦੇ ਕ੍ਰਾਈਮਾਂ 'ਚ ਇਨਵੋਲਵ ਨੇ। ਸਨੈਚਿੰਗ ਬਹੁਤ ਆ, ਇਹ ਲਗਾਤਾਰ ਕਾਫੀ ਸਮੇਂ ਦਾ ਹੈਗਾ। 8 ਸਾਲ ਤਾਂ ਇਹਨੂੰ ਜੇਲ੍ਹ 'ਚ ਹੋ ਗਏ, 8 ਸਾਲ ਜਿਹੜੇ ਕੇਸ ਨੂੰ ਜੇਲ੍ਹ 'ਚ ਹੋ ਗਏ, ਉਦੋਂ ਪਿੱਛੋਂ ਕਿੰਨਾ ਸਮਾਂ ਹੈਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ? ਇਹ ਅੰਮ੍ਰਿਤਸਰ ਦੇ ਹੀ ਗੇਟ ਹਕੀਮਾ ਥਾਣੇ ਦਾ ਰਹਿਣ ਵਾਲਾ ਹੈਗਾ ਰਾਹੁਲ ਰੌਲਾ। ਵੈਪਨ ਇਹਨਾਂ ਨੇ ਮਹਾਰਾਸ਼ਟਰ ਸੋਰੀ MP ਦੇ ਵਿੱਚੋਂ ਇੰਦੌਰ ਤੋਂ ਲੈ ਕੇ ਆਏ ਸੀ। ਇਹ ਬਿਜ਼ਨਸਮੈਨਾਂ ਤੋਂ ਜਾਂ ਹੋਰ ਸਾਰਿਆਂ ਤੋਂ ਅਜਿਹੀ ਆਪਦੀ ਇੱਕ ਤਰ੍ਹਾਂ ਦੀ ਆਪਦੀ ਧੌਂਸ ਦੇ ਵਿੱਚ, ਆਪਦੀ ਗੈਂਗ ਦੀ ਧੌਂਸ ਦੇ ਵਿੱਚ ਇਹ ਹਰ ਤਰ੍ਹਾਂ ਦੇ ਕ੍ਰਾਈਮ ਇਹਨਾਂ ਨੇ ਕੀਤੇ ਨੇ। ਹਾਂਜੀ, ਸੱਤੋ ਜਿਹੜੇ ਆ ਸਾਰੇ ਇੱਥੋਂ ਦੇ ਹੀ ਨੇ, ਅੰਮ੍ਰਿਤਸਰ ਦੇ ਨੇ। ਕਰਨ ਏਲੀਅਸ ਟਿੱਡਾ ਗੇਟ ਹਕੀਮਾ ਲਾਗੇ ਦਾ ਹੀ ਆ। ਸੁਖਦੀਪ ਵੀ ਥਾਣੇ ਇਸਲਾਮਾਬਾਦ ਦੇ ਪਰਚੇ ਦਰਜ ਨੇ। ਅਭੈ ਸ਼ਰਮਾ ਇਹ ਵੀ ਇਸਲਾਮਾਬਾਦ ਥਾਣੇ ਦਾ। ਇੱਕ ਰਾਘਵ ਆ ਉਹ ਵੀ ਇਸਲਾਮਾਬਾਦ ਥਾਣੇ ਦਾ, ਅਤੇ ਇੱਕ ਰਮੇਸ਼ ਹੈ ਉਹ ਵੀ ਗੇਟ ਹਕੀਮਾ ਦਾ ਹੈ। ਇਹ ਗੁਰਲਾਲ ਦੇ ਸਾਥੀ ਸੀ ਜੀ, ਗੁਰਲਾਲ ਬਰਾੜ ਜੀ, ਗੁਰਲਾਲ ਬਰਾੜ। ਹਾਂਜੀ, ਉਹਦਾ ਜੀਜਾ ਹੀ ਹੈ ਨਾ, ਗੋਰਾ ਜਿਹੜਾ ਗੋਰਾ ਹੈ, ਗੋਲਡੀ ਬਰਾੜ ਦਾ ਜੀਜਾ, ਉਹਦਾ ਸਕਾ ਜੀਜਾ, ਉਹਨਾਂ ਨੇ ਰਲ ਕੇ ਕ੍ਰਾਈਮ ਕਮਿਟ ਕੀਤਾ ਸੀ। ਗੁਰਲਾਲ ਪਹਿਲਵਾਨ ਦਾ ਜਿਹੜਾ ਕ੍ਰਾਈਮ ਉਹਨਾਂ ਨੇ ਕਮਿਟ ਕੀਤਾ ਸੀ, ਉਹਦੇ 'ਚ ਇਹਨਾਂ ਨੂੰ ਦਿੱਲੀ ਪੁਲਿਸ ਨੇ ਫੜਿਆ ਸੀ। ਇਹਦੇ ਓਵਰਆਲ ਇਹਦੇ ਆਲਮੋਸਟ ਵੱਖ ਵੱਖ ਏਜੰਸੀਆਂ ਕੋਲ, ਈਵਨ ਦਿੱਲੀ ਦੀਆਂ ਏਜੰਸੀਆਂ ਤੱਕ ਦੇ ਇਹਨਾਂ ਦੇ ਮੁਕੱਦਮੇ ਦਰਜ ਹੋਏ ਨੇ। ਰਾਹੁਲ ਰੌਲਾ ਦਿੱਲੀ ਦੀ ਏਜੰਸੀਆਂ ਨੂੰ ਵਾਂਟਡ। ਆਪਸੀ ਰੰਜਿਸ਼ ਮੈਂ ਉਹੀ ਦੱਸੀ ਆ, ਇਹਨਾਂ ਦੇ ਆਪਸ 'ਚ ਇਕੱਠੇ ਜੇਲ੍ਹ ਦੇ ਵਿੱਚ ਹੁਸ਼ਿਆਰਪੁਰ ਇਕੱਠੇ ਹੋਏ, ਉੱਥੇ ਕਿਸੇ ਕਾਰਨ ਕਰਕੇ ਲੜਾਈ ਹੋਈ। ਉਸ ਲੜਾਈ ਦੇ ਤਹਿਤ ਇਹਨਾਂ ਨੇ ਜਿਹੜਾ ਗੋਰੇ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਅਤੇ ਮੁਕੱਦਮਾ ਦਰਜ ਹੋਇਆ, ਉਹ ਆਪਸੀ ਰੰਜਿਸ਼ ਦਾ ਕਾਰਨ ਹੀ ਬਣ ਗਿਆ ਨਾ। ਹਾਂਜੀ, ਗੁਰਲਾਲ ਦਾ ਕਰਤੇ ਇੱਥੇ ਦਰਜ ਹੈ, ਉਹ ਗੋਰੇ 'ਤੇ ਦਰਜ ਹੈ, ਗੋਰੇ 'ਤੇ ਦਰਜ। ਲੋਰੈਂਸ ਦਾ ਇਹਦੇ ਜ਼ਿਕਰ ਨਹੀਂ ਆਇਆ, ਗੋਲਡੀ ਬਰਾਡ ਦਾ ਹੈਗਾ। ਲੋਰੈਂਸ ਉਸੇ ਦਾ ਹੀ ਭਾਵੇਂ ਹੈਗਾ, ਪਾਰਟ ਹੈਗਾ, ਬਟ ਅਦਰਵਾਈਜ਼ ਇਹਦਾ ਉਹਦੇ ਨਾਲ ਡਾਇਰੈਕਟਲੀ ਲੋਰੈਂਸ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ। ਤਾਂ ਗੋਲਡੀ ਬਰਾਡ ਤੋਂ ਹੀ ਸ਼ੁਰੂ ਹੋ ਗਏ ਉਸ ਦੇ ਬੰਦਿਆਂ ਨਾਲ ਹੀ ਇਹਦੀ ਗੈਂਗ ਵਾਰ। ਸਰ, ਜਿੱਦਾਂ ਜੇਲ੍ਹ ਤੋਂ ਆਇਆ ਚੱਲ ਰਿਹਾ ਕਿ ਜੇਲ੍ਹ ਨਾਲ ਵੀ ਇਹਦੇ ਕੋਈ ਕਨੈਕਸ਼ਨ ਨਿਕਲਦੇ ਹੋਣਗੇ ਜਾਂਚ ਕਰ ਰਿਹਾ। ਹਾਂਜੀ, ਹੋਵੇਗੀ, ਉਹ ਸਾਰੇ ਜਿਹੜੇ ਇਹਦੇ ਲਿੰਕਸ ਆ ਜਿਹੜੇ ਐਕਸਪਲੋਰ ਕਰਾਂਗੇ। 8 ਸਾਲ ਲੈ ਕੇ ਇਹਨੇ ਕੀ ਕੀ ਕੀਤਾ, ਕਿਵੇਂ ਕੀਤਾ, ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ।
25 ਤੋਂ 30 ਸਾਲ ਦੇ ਨਾਲ ਹੁਣ ਤੱਕ ਦੀ ਜਿਹੜੀ ਸਾਡੀ ਪੜਤਾਲ ਆ ਇਨਵੈਸਟੀਗੇਸ਼ਨ ਆ ਉਦੋਂ ਉਹ ਗੈਂਗਸਟਰ ਹੋਣਾ ਨਹੀਂ ਪਾਇਆ ਗਿਆ। ਉਹ ਇੱਕ ਆਮ ਬੰਦਾ ਸੀ, ਉਹਦਾ ਕਿਸੇ ਕਾਰਨ ਕਰਕੇ ਕੋਈ ਮੈਡੀਕਲ ਪੇਸ਼ੈਂਟ ਦੇ ਕਰਕੇ ਇਹਨਾਂ ਦਾ ਕੋਈ ਬੰਦਾ ਸੀ ਮਿਸਟਰ ਗੌਰਵ, ਉਹਦੇ ਨਾਲ ਦੂਦੂ ਮੈਮ ਹੋ ਗਈ। ਹੀ ਵਾਜ਼ ਇਨ ਡਰੰਕਡ ਸਟੇਜ, ਉਹਨੇ ਥੋੜ੍ਹਾ ਜਿਹਾ ਜਦੋਂ ਉਹ ਸ਼ਵੇਤ ਮਲਿਕ ਜੀ ਦਾ ਨਾਂ ਲਿਆ ਤਾਂ ਉਹਨੇ ਉਲਟਾ ਉਹਨੇ ਉਹਨਾਂ ਦੇ ਨਾਂ ਨੂੰ ਲੈ ਕੇ ਕੁਛ ਅਪਸ਼ਬਦ ਬੋਲਤੇ, ਉਸ ਅਪਸ਼ਬਦ ਬੋਲੇ ਆ। ਉਹਦਾ ਕੋਈ ਗੈਂਗਸਟਰ ਦਾ ਬੈਕਗਰਾਊਂਡ ਨਹੀਂ ਹੈ, ਉਹਦੀ ਕੋਈ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ। ਫਿਰ ਵੀ ਇਸ ਸੰਬੰਧ 'ਚ ਜਦੋਂ ਵੀ ਉਹਨਾਂ ਵੱਲੋਂ ਸਾਨੂੰ ਕੋਈ ਇਨ ਰਾਈਟਿੰਗ ਜਿਹੜੀ ਕੰਪਲੇਂਟ ਦਰਜ ਹੋਵੇਗੀ ਉਹਦੇ ਆਧਾਰ 'ਤੇ ਅਸੀਂ ਪ੍ਰੋਪਰ ਆ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਹੈ ਉਹਦੇ ਤਹਿ ਤੱਕ ਪਹੁੰਚਾਂਗੇ। ਐਜ਼ ਆਫ ਨਾਓ ਉਹ ਨਾ ਕੋਈ ਉਹਦੀ ਬੈਕਗਰਾਊਂਡ ਗੈਂਗਸਟਰ ਦੀ ਆ, ਨਾ ਕੋਈ ਕ੍ਰਿਮੀਨਲ ਦੀ ਆ। ਉਹ ਪ੍ਰੀਵੈਂਟਿਵ ਐਕਸ਼ਨ 'ਚ ਅਸੀਂ ਰੱਖਿਆ ਵਾ, ਅਸੀਂ ਸਾਡੇ ਕੋਲ ਆ। ਗੋਰਾ ਭਾਊ, ਗੋਲਡੀ ਬਰਾੜ ਅਤੇ ਇਹਨਾਂ ਦੇ ਜਿੰਨੇ ਵੀ ਬੰਦੇ ਨੇ, ਇਹਨਾਂ ਦੇ ਕੋਈ ਹੋਰ ਨੇ, ਉਹ ਸਾਰੇ ਜਿਹੜੇ ਉਹ ਉਹਨਾਂ ਦੇ ਨਾਲ ਇਹਨਾਂ ਦਾ ਹੈਗਾ ਨਾ ਇਸ਼ੂ। ਗੋਰਾ ਭਾਊ ਏਲੀਅਸ ਪਲੱਸ ਗੋਲਡੀ ਬਰਾੜ, ਗੋਰਾ ਜੇਲ੍ਹ 'ਚ ਜੀ, ਬਠਿੰਡਾ ਜੇਲ੍ਹ 'ਚ। ਹਾਂਜੀ, ਉਹਨਾਂ ਦੇ ਹੋਰ ਸਾਥੀ ਆ। ਇਹਨੂੰ ਖਦਸ਼ਾ ਸੀ ਵੀ ਕਿਉਂਕਿ ਮੈਂ ਉਹਦੇ ਅਟੈਕ ਕੀਤਾ ਉਹ ਮੈਨੂੰ ਵਾਪਸ ਅਟੈਕ ਕਰਨਗੇ, ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਸੀ ਇਹਨੇ, ਪਲੱਸ ਡੈਫੀਨੇਟਲੀ ਡਿਫੈਂਡ ਕਰਦੇ ਆ ਕੋਈ ਨੈਸੈਸਿਟੀ ਆ ਤਾਂ ਇਹਨਾਂ ਨੇ ਉਹਨਾਂ ਨੂੰ ਉਹਦਾ ਨੁਕਸਾਨ ਵੀ ਕਰਨਾ ਸੀ। ਨਹੀਂ, ਉਹ ਡਿਫਰੈਂਟ ਸੀ, ਡਿਫਰੈਂਟ ਹੈ, ਉਹ ਡਿਫਰੈਂਟ ਗੈਂਗ ਆ। ਸਾਡੇ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਾਰੇ ਅਧਿਕਾਰੀ ਪੁਲਿਸ ਕਰਮਚਾਰੀ ਬਹੁਤ ਰਲ ਕੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਮਿਹਨਤ ਕਰ ਰਹੇ ਨੇ ਅਤੇ ਉਹਨਾਂ ਦੇ ਸਦਕਾ ਇਹ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ 'ਚ ਗੈਂਗ ਜਿਹੜੇ ਆ ਉਹ ਬਸਟ ਕੀਤੇ ਗਏ ਨੇ। ਇਸੇ ਤਰ੍ਹਾਂ ਕਾਫੀ ਜਿਹੜੀਆਂ ਵੱਡੀਆਂ ਨਸ਼ਿਆਂ ਦੀਆਂ ਰਿਕਵਰੀਆਂ ਹੋਈਆਂ। ਇਹਨੂੰ ਉਹਦੇ ਵੱਲੋਂ ਥ੍ਰੈਟ ਹੋਈ ਸੀ, ਉਸੇ ਥ੍ਰੈਟ ਨੂੰ ਹੀ ਇਹ ਆਪਣੇ ਤਰੀਕੇ ਨਾਲ ਕਵਰ ਅਪ ਕਰਨ ਦੇ ਲਈ ਇਹ ਆਪਣੀ ਤਿਆਰੀ ਕਰ ਰਿਹਾ ਸੀ।